हेलो भाई, मेरी बात आउंदी आ? आप प्रभु हुक्म पै के नहीं कितने बोले, मेरे तो प्रभु लत्तां कंबी जांदियां ने। क्योंकि प्रभु मैं कुत्ते वैसे बोलना बहुत औखा हुंदा, मैं सुन के आधारण समझाना भी औखा किवें हुंदा गा। मैं छोटा जिहा हुंदा सी उदों साडे पिंड प्रभु केरां ने रामलीला लगदी हुंदी सी। ਉਹ ਰਾਮਲੀਲਾ ਲੱਗਦੀ ਹੋ ਗਈ ਸੀਗੇ ਚਾਰ ਦਿਨ। ਉਹਨਾਂ ਨੇ ਬੋਲਤਾ ਭਾਈ ਕੱਲ੍ਹ ਨੂੰ ਹਨੂੰਮਾਨ ਦਾ ਰੋਡ ਕਰਕੇ ਦਿਖਾਵਾਂਗੇ, ਹਨੂੰਮਾਨ ਸੀਤਾ ਨੂੰ ਚੱਕ ਕੇ ਲੈ ਕੇ ਜਾਓ। ਉਹ ਜਿਹੜਾ ਬੰਦਾ ਹਨੂੰਮਾਨ ਦਾ ਰੋਲ ਕਰਦਾ ਸੀ ਨਾ, ਉਹ ਬੰਦਾ ਭੱਜ ਗਿਆ, ਗੁੱਸੇ ਹੋ ਗਏ ਸੀ। ਉਹ ਲੜ ਪਏ ਸੀ ਰਾਤ ਨੂੰ। ਉਹ ਕਹਿੰਦੇ ਯਾਰ ਆਪਣੀ ਰਾਮਲੀਲਾ ਖਰਾਬ ਹੋ ਗਈ ਅਤੇ ਹਨੂੰਮਾਨ ਦਾ ਰੋਲ ਕੌਣ ਕਰੂਗਾ ਕੱਲ੍ਹ ਨੂੰ। ਦੂਜੇ ਦਿਨ ਦਿਨ ਚੜ੍ਹ ਗਿਆ। ਸਾਡੇ ਪਿੰਡ ਘਿਚੌਰਾਂ ਦਾ ਮੁੰਡਾ ਸੀ, ਨਾਂ ਸੀ ਉਹਦਾ ਵੀਰੂ। ਕਹਿੰਦੇ ਬੰਦਾ ਹਨੂੰਮਾਨ ਵਰਗਾ ਲੱਗਦਾ, ਆਪਾਂ ਇਹਨੂੰ ਪੁੱਛਦੇ ਹਾਂ। ਉਹਨੂੰ ਕਹਿੰਦੇ ਕਾਕਾ ਉਰਿਆ। ਕਹਿੰਦਾ ਕੀ ਆ ਜੀ, ਤੇਰਾ ਨਾਂ ਕੀ ਆ? ਕਹਿੰਦੇ ਜੀ ਮੈਨੂੰ ਤਾਂ ਵੀਰੂ ਆ। ਤੂੰ ਕਿੰਨਾਂ ਦਾ ਮੁੰਡਾ? ਕਹਿੰਦੇ ਜੀ ਮੈਂ ਤਾਂ ਝੌਰਾਂ ਦਾ ਮੁੰਡਾ। ਤੂੰ ਕੀ ਕੰਮ ਕਰਦਾ? ਕਹਿੰਦੇ ਜੀ ਮੈਂ ਤਾਂ ਹੋਟਲ ਦਾ ਕੰਮ ਕਰਦਾ। ਤੂੰ ਕਿੰਨੇ ਕੁ ਪੈਸੇ ਕਮਾ ਲੈਣਾਗਾ ਰੋਜ਼? ਕਹਿੰਦੇ ਜੀ ਮੈਂ 40-50 ਰੁਪਏ ਨਹੀਂ ਛੱਡਦਾ। ਉਹ ਕਹਿੰਦੇ ਰੁਪਏ ਜ਼ਿਆਦਾ ਤੈਨੂੰ 40-80 ਵੀ ਦੇ ਦਾਂਗੇ, ਸਾਡੇ ਹਨੂੰਮਾਨ ਦਾ ਰੋਲ ਕਰੇਗਾ ਕਾਨੂੰ ਰਾਮਲੀਲਾ 'ਚ। ਸਾਡਾ ਤਾਂ ਬੰਦਾ ਭੱਜ ਗਿਆ, ਗੁੱਸੇ ਹੋ ਗਏ ਸੀ, ਲੜ ਪਏ ਰਾਤ ਨੂੰ। ਉਹ ਕਹਿੰਦੇ ਜੀ ਮੈਂ ਤਾਂ ਕਿਤੇ ਕਰਿਆ ਨਹੀਂ ਜੀ, ਬੋਲਿਆ ਨਹੀਂ ਸੇ ਅਤੇ ਕਹਿੰਦੇ ਯਾਰ ਤੈਨੂੰ ਸਿਖਾ ਦਾਂਗੇ। ਗੱਲਾਂ ਦੋ ਕਹੀਦੀ, ਸਾਡਾ ਕੰਮ ਚੱਲ ਜੂ। ਕਹਿੰਦਾ ਕਿਵੇਂ? ਉਹ ਕਹਿੰਦੇ ਆ ਤੇਰੇ ਸਾਹਮਣੇ ਇੱਕ ਬੰਦਾ ਬੈਠਾ ਆਪਣੇ ਨਾਲ ਦਾ, ਹੁਣ ਦੇਖ ਇਹਦੇ ਕੋਈ ਮੁੱਸਦਾੜੀ ਨਹੀਂ, ਰਾਤ ਨੂੰ ਆਪਾਂ ਇਹਦੇ ਬਨੌਟੀ ਮੁੱਸਾ ਲਾ ਦਾਂਗੇ, ਇਹ ਰਾਵਣ ਬਣ ਜੂ। ਇਹਦੇ ਕੋਲ ਇੱਕ ਨੰਗੀ ਕਿਰਪਾਨ ਹੋਊ, ਇਹ ਤੈਨੂੰ ਸਟੇਜ ਉੱਤੇ ਕਹਿੰਦਾ ਡਰਾਊਗਾ, ਰੋਹਬ ਨਾਲ ਬੋਲੂਗਾ, ਤੈਨੂੰ ਕਹੂਗਾ ਵੀ ਤੁਮ ਕੌਣ ਹੋ? ਤੂੰ ਕਹਿੰਦੀ ਮੈਂ ਹਨੂੰਮਾਨ ਯੋਧਾ। ਉਦੋਂ ਬਾਅਦ ਇਹ ਕਹੂਗਾ ਤੂਰੇ ਕੀ ਲੈਣਾ ਆ? ਤੂੰ ਕਹਿੰਦੀ ਮੈਂ ਤਾਂ ਸੀਤਾ ਨੂੰ ਲੈਣਾ ਆ। ਇਹ ਦੋਨੇ ਗੱਲਾਂ ਕਹਿ ਕੇ ਤੰਬੂ ਚੰਦਰ 'ਚ ਲੈ ਜਾਈ। ਕਹਿੰਦੇ ਜੀ ਇਹਦਾ ਦੋਨੇ ਗੱਲਾਂ ਮੈਂ ਕਹਿ ਦੂੰ। ਉਹ ਕਹਿੰਦੇ ਆ ਫੜ ਰੁਪਈਏ 40, ਜਾ ਭਾਜਾ ਕੋਈ ਹੋਟਲ ਦਾ ਕੰਮ ਕਰ ਲੈ ਜਾ ਕੇ, ਤੂੰ ਆਥਣੇ ਅਜੀ ਥਾਈ 'ਚ, ਤੇਰੀ ਤਾਂ ਆਥਣੇ ਲੋੜ ਪੈਣੀ ਆ। ਕਹਿੰਦਾ ਚੰਗਾ ਜੀ। ਲਓ ਭਾਈ ਆਥਣੇ ਉਹ ਥਾਈ 'ਚ ਆ ਗਿਆ ਭਾਈ। ਹਾਂ ਭਲਾ ਕਿਵੇਂ ਕਹੇਗਾ ਪਤਾ ਕੁਛ? ਕਹਿੰਦਾ ਜੀ ਇਹ ਬੰਦਾ ਮੈਨੂੰ ਐਂ ਕਹੂਗਾ ਵੀ ਤੁਮ ਕੌਣ ਹੋ? ਮੈਂ ਕਿਹਾ ਜੀ ਮੈਂ ਹਨੂੰਮਾਨ ਯੋਧਾ। ਉਹਦੇ ਬਾਅਦ ਕਹੂਗਾ ਤੂਰੇ ਕੀ ਲੈਣਾ ਆ? ਮੈਂ ਕਿਹਾ ਜੀ ਮੈਂ ਤਾਂ ਸੀਤਾ ਨੂੰ ਲੈਣਾ ਆ। ਉਹ ਕਹਿੰਦੇ ਵਾਹ ਵੈੜੀਆ ਵਾਹ, ਉਹ ਯਾਰਾ ਜੇ ਕੰਮ ਚੱਲ ਗਿਆ ਨਾ ਅਸੀਂ ਤੈਨੂੰ ਨਾਲ ਹੀ ਰੱਖ ਲਾਂਗੇ। ਕਹਿੰਦਾ ਚੰਗਾ ਜੀ। ਲਓ ਭਰਾਵੋ ਝੌਰਾਂ ਦਾ ਮੁੰਡਾ ਉਹ, ਨਾ ਉਹਦਾ ਵੀਰੂ ਆ, ਹਨੂੰਮਾਨ ਦਾ ਕਰਦਾ ਰੋਲ। ਉਦੋਂ ਰਾਵਣ ਆ ਗਿਆ ਨੰਗੀ ਕਿਰਪਾਨ ਲੈ ਕੇ, ਉਹਦੇ ਉੱਤੋਂ ਦੋ ਕੁ ਜਦੋਂ ਕੱਢੇ ਨਾ ਗੇੜੇ, ਉਹਨੂੰ ਡਰਾ ਕੇ ਰੋਹਬਣਾ ਪੁੱਛਣ ਲੱਗ ਗਿਆ। ਉਹਨੂੰ ਕਹਿੰਦਾ ਤੁਮ ਕੌਣ ਹੋ? ਕਹਿੰਦੇ ਜੀ ਮੈਂ ਤਾਂ ਵੀਰੂ ਝੌਰਾਂ। ਉਹ ਕਹਿੰਦੇ ਤਾਂ ਬੰਦਾ ਡਰ ਗਿਆ, ਓਏ ਬੰਦਾ ਘਬਰਾ ਗਿਆ, ਇਹ ਤੋਂ ਅਗਲੀ ਗੱਲ ਛੇਤੀ ਦਿਨੇ ਪੁੱਛੀ ਜਾਵੇ। ਜਦੋਂ ਉਹਨੂੰ ਦੂਜੀ ਗੱਲ ਪੁੱਛਣ ਲੱਗਿਆ, ਉਹਨੂੰ ਕਹਿੰਦਾ ਤੂਰੇ ਕੀ ਲੈਣਾ ਫਿਰ? ਕਹਿੰਦਾ ਵੀ ਤੁਹਾਡੇ ਨਾਲ ਦੇ ਲੈ ਕੇ ਆਏ ਨੇ, ਉਹ ਮੈਨੂੰ ਭਰਾਵੋ ਤੁਹਾਡੇ ਪਿੰਡ ਦੇ ਬੰਦੇ ਲੈ ਕੇ ਆਏ ਨੇ। ਜੇ ਕੋਈ ਗੱਲਬਾਤ ਮੈਨੂੰ ਪੁੱਛ ਲਿਓ, ਆਪਣਾ ਵਿਸ਼ਾ ਹੈ ਵੀ ਵਹਿਮ ਭਰਮ ਕੀ ਆ। ਜਦੋਂ ਨਵਾਂ ਸਾਲ ਚੜ੍ਹ ਸੀ ਮੈਂ ਤਲਵੰਡੀ ਗਿਆ ਸੀਗਾ, ਉੱਥੇ ਬੁਲਾਇਆ ਸੀ ਮੈਨੂੰ। ਮੈਂ ਜਦੋਂ ਅੱਡੇ 'ਚ ਖੜ੍ਹ ਗਿਆ ਨਾ, ਮੇਰੇ ਮਗਰ ਇੱਕ ਬਾਬਾ ਲੱਗ ਗਿਆ, ਮੈਨੂੰ ਕਹਿੰਦਾ ਕਾਕਾ ਖੜੋ, ਕਾਕਾ ਖੜੋ। ਮੈਂ ਕਿਹਾ ਬਾਬਾ ਕਾਕਾ ਤਾਂ ਮੇਰੇ ਪਿਓ ਦਾ ਨਾਂ ਆ। ਕਹਿੰਦਾ ਕੋਈ ਨਾ ਭਗਤਾ, ਤੂੰ ਗੁੱਸਾ ਕਰ ਗਿਆ? ਮੈਂ ਕਿਹਾ ਬਾਬਾ ਮੈਂ ਗੁੱਸਾ ਨਹੀਂ ਕਰਦਾ, ਤੁਸੀਂ ਮੈਨੂੰ ਕੰਮ ਦੱਸੋ ਕੀ ਆ। ਕਹਿੰਦਾ ਭਗਤਾ ਅੱਜ ਬਾਬੂ ਨੂੰ 2 ਰੁਪਏ ਦੇ ਕੇ ਜਾਓ। ਇਹ ਚਲਾਕ ਲੋਕ ਹੁੰਦੇ ਆ ਵੀ 2 ਰੁਪਏ ਕਿਸੇ ਕੋਲ ਖੁੱਲ੍ਹੇ ਨਹੀਂ ਹੁੰਦੇ, 2 ਰੁਪਏ ਦੀ ਕੋਈ ਚੀਜ਼ ਵੀ ਨਹੀਂ ਆਉਂਦੀ। ਮੈਂ ਕਿਹਾ ਬਾਬਾ ਮੇਰੇ ਕੋਲ 2 ਰੁਪਏ ਖੁੱਲ੍ਹੇ ਹੈ ਨਹੀਂ, ਲੈ 10 ਰੁਪਏ ਫੜੋ। ਮੈਂ 10 ਰੁਪਏ ਦੇ ਕੇ ਜਦੋਂ ਤੁਰਨ ਲੱਗਿਆ, ਬਾਬਾ ਮੈਨੂੰ ਕਹਿੰਦਾ ਭਗਤਾ ਤੂੰ ਬਾਬੇ ਤੋਂ ਕੁਛ ਮੰਗਦਾ? ਮੈਂ ਕਿਹਾ ਮੇਰੇ 10 ਮੋੜ ਦੇ। ਵਿਹਲਿਆਂ ਨੂੰ ਖਪਾਉਣਾ ਪਾਪ ਆ।